ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਖਰੀਆਂ 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 ਦੇ ਵਿੱਚ ਗੱਲ ਕਰਦੇ ਹਾਂ ਜੀ ਛੋਟੀ ਉਮਰ ਅਤੇ ਵੱਡੀ ਹੇਕ। ਵੈਸੇ ਜੇ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਧਰਤੀ 'ਤੇ ਬਹੁਤ ਸਾਰੇ ਕਲਾਕਾਰ ਅਜਿਹੇ ਪੈਦਾ ਹੋਏ ਨੇ ਔਰ ਜਿਨ੍ਹਾਂ ਦੀ ਗਾਇਕੀ ਦੇ ਵਿੱਚ ਇਬਾਦਤ ਹੈ, ਇੱਕ ਸਾਧਨਾ ਹੈ, ਅਸੀਂ ਉਹਨਾਂ ਦੀ ਗਾਇਕੀ ਨੂੰ ਹਮੇਸ਼ਾ ਸੈਲੂਟ ਕਰਦੇ ਹਾਂ। ਅਤੇ ਕੁਝ ਅਜਿਹੇ ਵੀ ਗਾਇਕ ਨੇ ਜੋ ਪੈਸੇ ਦੇ ਬਲਬ ਉੱਤੇ ਲੋਕਾਂ ਦੇ ਦਿਲਾਂ ਵਿੱਚ ਆਪਣਾ ਘਰ ਬਣਾਉਣਾ ਚਾਹੁੰਦੇ ਨੇ, ਪਰ ਅਜਿਹਾ ਕੁਛ ਨਹੀਂ ਹੁੰਦਾ। ਉਹ ਲੋਕ ਜਸਟ ਸਟੂਡੀਓ ਵਿੱਚ ਗਾ ਸਕਦੇ ਨੇ ਔਰ ਹਵਾ ਤਾਂ ਉਹਨਾਂ ਦੀ ਉਦੋਂ ਨਿਕਲਦੀ ਹੈ ਦੋਸਤੋ ਜਦੋਂ ਉਹਨਾਂ ਨੂੰ ਲਾਈਵ ਗਾਉਣਾ ਪੈਂਦਾ, ਮਤਲਬ ਅਖਾੜਿਆਂ ਦੇ ਵਿੱਚ ਲੋਕਾਂ ਦੇ ਰੂਬਰੂ ਹੋ ਕੇ ਗਾਉਣਾ ਪੈਂਦਾ ਹੈ। ਲੇਕਿਨ ਅੱਜ ਸੋਸ਼ਲ ਮੀਡੀਆ 'ਤੇ ਇੱਕ ਛੋਟੀ ਜਿਹੀ ਬੱਚੀ, ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਛੋਟੀ ਉਮਰ ਵੱਡੀ ਹੇਕ, ਇੱਕ ਛੋਟੀ ਜਿਹੀ ਬੱਚੀ ਨੇ ਅਜਿਹਾ ਮਤਲਬ ਸਾਡੇ ਪੰਜਾਬ ਦਾ ਫੋਕ ਗਾਇਆ ਜਿਸ ਨੂੰ ਸੁਣ ਕੇ ਬਾਕਾਇਦਾ ਤੌਰ 'ਤੇ ਮੈਂ ਵੀ ਪੂਰੀ ਤਰ੍ਹਾਂ ਖੁਸ਼ ਹੋ ਗਿਆ। ਉਮੀਦ ਹੈ ਤੁਸੀਂ ਵੀ ਇਸ ਵੀਡੀਓ ਨੂੰ ਵੇਖ ਕੇ ਪਹਿਲਾਂ ਪੂਰੀ ਤਰ੍ਹਾਂ ਹੋ ਜਾਓਗੇ ਖੁਸ਼। ਵੇਖੋ ਪੂਰੀ ਵੀਡੀਓ।
दोस्तों इस बच्ची तो सानू शिक्षा लैनी चाहिए है, खास करके लोग जो इस कतार विच लगे हुए ने, जो गायकी दे खेतर विच आना चाहते ने, उन्होंने एक बहुत बड़ा सबक है कि इस तरह के बच्चों तो भी कोई ना कोई सानू सबक लेना चाहिए है कि इस तरह के बच्चे जड़े ने साड़ी अमानत है, साड़ी विरासत है, जो इस तरह की विरासत नू, अमीर विरासत नू संभाल के उन्होंने अपनी जिंदगी नू अगे चलाउण दा एक जरिया पैदा किया है। सो इस बच्ची नू एवन पंजाबी चैनल भी करता है सैल्यूट।